ਤੁਸੀਂ ਦੇਖ ਰਹੇ ਹੋ ਨਿਊਜ਼ ਟਾਈਮ ਪੰਜਾਬ। ਮੈਂ ਹਾਂ ਬਲਵਿੰਦਰ ਸਿੰਘ ਕਾਹਨਗੜ। ਅਸੀਂ ਖੜੇ ਹਾਂ ਸਬ ਡਿਵੀਜ਼ਨ ਪਾਤਨਾ ਦੇ ਪਿੰਡ ਮਤੌਲੀ ਦੇ ਵਿੱਚ, ਪੁਲਿਸ ਜਿੱਥੇ ਪੂਰਾ ਜਿਹੜਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਇੱਥੇ ਫਿਰਨੀ ਦੇ ਜਿਹੜੇ ਨਜਾਇਜ਼ ਕਬਜ਼ੇ ਆ ਪਿੰਡ ਦੇ ਉਹਨਾਂ ਨੂੰ ਛਡਵਾਉਣ ਵਾਸਤੇ ਆ, ਜਿਹੜਾ ਇੱਥੇ ਪੂਰਾ ਚੌਕਸੀ ਦੇ ਨਾਲ ਤਤਪਰ ਹੋ ਕੇ ਜਿਹੜਾ ਇੱਥੇ ਕਾਰਵਾਈ ਕਰਨ ਵਾਸਤੇ ਇਹ ਪਹੁੰਚਿਆ ਹੋਇਆ ਉਹ। ਅਤੇ ਤੁਹਾਨੂੰ ਉਹ ਜਿਹੜੀਆਂ ਹੈਗੀਆਂ ਅਸੀਂ ਨਿਊਜ਼ ਟਾਈਮ ਪੰਜਾਬ ਰਾਹੀਂ ਜਿਹੜੀਆਂ ਉਹ ਲਾਈਵ ਤਸਵੀਰਾਂ ਜਿਹੜੀਆਂ ਅਸੀਂ ਦਿਖਾ ਰਹੇ ਹਾਂ। ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਉੱਧਰ ਜਿਹੜਾ ਹੈਗਾ ਤਸਵੀਰਾਂ ਜਿਹੜੀਆਂ ਉਹ ਦਿਖਾਈਆਂ ਜਾਣ। ਪੁਲਿਸ ਪਾਰਟੀ ਆ ਜਿਹੜੀ ਉਹ ਪੂਰਾ ਕਬਜ਼ਾ ਕਰਨ ਛਡਾਉਣ ਵਾਸਤੇ ਆ, ਜਿਹੜਾ ਉਹ ਪੂਰਾ ਐਕਸ਼ਨ ਮੋਡ ਦੇ ਵਿੱਚ ਜਿਹੜੀ ਹੈਗੀ ਆ ਦਿਖਾਈ ਦੇ ਰਹੀ ਆ। ਅਤੇ ਸਿਵਲ ਪ੍ਰਸ਼ਾਸਨ ਵੱਲੋਂ ਜਿਹੜਾ ਮਾਲ ਮਹਿਕਮੇ ਵੱਲੋਂ ਇਹਨਾਂ ਨੂੰ ਜਿਹੜੀ ਆ ਛਡਵਾਉਣ ਵਾਸਤੇ, ਜਿਹੜੇ ਨਜਾਇਜ਼ ਕਬਜ਼ੇ ਨੇ ਉਹਨਾਂ ਨੂੰ ਛਡਾਉਣ ਵਾਸਤੇ ਜਿਹੜੀ ਕਾਰਵਾਈ ਆ ਜਿਹੜੀ ਅਮਲ ਵਿੱਚ ਲਿਆਂਦੀ ਜਾ ਰਹੀ ਆ। ਇੱਥੋਂ ਪਿੰਡ ਦੇ ਵਿੱਚ ਜਿਹੜਾ ਚਾਰ ਚੁਫੇਰੇ ਜਿਹੜੀ ਫਿਰਨੀ ਪਿੰਡ ਦੀ ਜਿਹੜੀ ਆ ਉਹ ਜਿਹੜੀ ਘੁੰਮ ਰਹੀ ਆ, ਤਾਂ ਉਹਦੇ ਉੱਪਰ ਜਿੰਨੇ ਵੀ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਪਿੰਡ ਵਾਸੀਆਂ ਵੱਲੋਂ, ਉਹ ਛਡਾਉਣ ਵਾਸਤੇ ਆ ਜਿਹੜੀ ਇਹ ਕਾਰਵਾਈ ਆਰੰਭ ਕੀਤੀ ਗਈ ਸੀ। ਪਰੰਤੂ ਇਹਦੇ ਵਿੱਚ ਕੁਝ ਘਰ ਅਜਿਹੇ ਨੇ ਜਿਹੜੇ ਇਸ ਕਾਰਵਾਈ ਨੂੰ ਗਲਤ ਜਿਹੜਾ ਹੈਗਾ ਸਾਬਤ ਕਰ ਰਹੇ ਆ, ਅਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇੱਥੇ ਜਿਹੜੀ ਆ ਪ੍ਰਸ਼ਾਸਨ ਵੱਲੋਂ ਆ ਜਿਹੜੀ ਆ ਇਹ ਢਾਹ ਢਵਾਈ ਦੀ ਜਿਹੜੀ ਆ ਕਾਰਵਾਈ ਅਸੀਂ ਬਿਲਕੁਲ ਵੀ ਨਹੀਂ ਕਰਨ ਦੇਵਾਂਗੇ। ਤਸਵੀਰਾਂ ਜਿਹੜੀਆਂ ਤੁਸੀਂ ਲਗਾਤਾਰ ਆ ਜਿਹੜੀਆਂ ਨਿਊਜ਼ ਟਾਈਮ ਪੰਜਾਬ 'ਤੇ ਜਿਹੜੀਆਂ ਦੇਖ ਰਹੇ ਹੋ, ਪਿੰਡ ਦੇ ਵਿੱਚ ਆ ਪੂਰਾ ਜਿਹੜਾ ਮਾਹੌਲ ਹੈ ਉਹ ਤਣਾਅਪੂਰਨ ਬਣਿਆ ਹੋਇਆ। ਅਤੇ ਮੌਕੇ 'ਤੇ ਜਿਹੜੀਆਂ ਲਾਈਵ ਤਸਵੀਰਾਂ ਜਿਹੜੀਆਂ ਉਹ ਤੁਸੀਂ ਨਿਊਜ਼ ਟਾਈਮ ਪੰਜਾਬ ਰਾਹੀਂ ਆ ਜਿਹੜੀ ਉਹ ਅਸੀਂ ਦਰਸ਼ਕਾਂ ਨੂੰ ਆ ਜਿਹੜਾ ਉਹ ਪਹੁੰਚਾ ਰਹੇ ਹਾਂ। ਪਿੰਡ ਦੇ ਵਿੱਚ ਫਿਰਨੀ 'ਤੇ ਜਿਹੜੇ ਕਰਜ਼ੇ ਕੀਤੇ ਹੋਏ ਉਹਨਾਂ ਨੂੰ ਛਡਾਉਣ 'ਤੇ ਕਾਰਵਾਈ ਕੀਤੀ ਜਾਂਦੀ, ਉਹਦੇ ਸੰਬੰਧ 'ਚ ਗੱਲ ਇਸ ਤਰ੍ਹਾਂ ਜੀ, ਇੱਥੇ ਨਾ ਪੁਲ ਬਣ ਰਿਹਾ ਆਪਣੇ ਕਾਰ ਸੇਵੇ ਬਾਬੇ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਪੁਲ ਬਣਾ ਰਹੇ ਸੀਗੇ। ਇਹ ਕਾਫੀ ਚਿਰ ਦੀ ਅਸੀਂ ਜਦੋਜਦ ਕਰ ਰਹੇ, 2-3 ਸਾਲ ਤੋਂ ਕਾਫੀ ਪੰਚਾਇਤਾਂ ਵੀ ਹੋਈਆਂ। ਇਹ ਕਬਜ਼ਾ ਛੱਡਣ ਨੂੰ ਜਿਹੜੀ ਪਾਰਟੀ ਸੀ, ਦਲੇਰ ਸਿੰਘ ਵਗੈਰਾ ਜਿਹੜੇ ਬੰਦੇ ਸੀਗੇ, ਇਹ ਛੱਡਣ ਨੂੰ ਤਿਆਰ ਹੀ ਨਹੀਂ ਸੀਗੇ। ਚਲੋ ਬੜੀਆਂ ਪੰਚਾਇਤਾਂ ਹੋਈਆਂ, ਭਾਈਚਾਰੇ 'ਚ ਵੀ ਇਕੱਠ ਹੋਇਆ, ਕੋਰਟ ਕੇਸ ਵੀ ਪਾਇਆ। ਪੰਚਾਇਤ ਦੇ ਹੱਕ ਦੇ ਵਿੱਚ ਕੋਰਟ ਨੇ ਜਿਹੜਾ ਸਰ ਫੈਸਲਾ ਲਿਆਂਦਾ ਬਈ 111 ਨੰਬਰ ਜਿਹੜੀ ਫਿਰਨੀ ਹੈ ਇਹ ਤੁਹਾਡੀ ਕੋਈ ਮਾਲਕੀ ਨਹੀਂ, ਉਹ ਇਹ ਮਾਲਕੀ ਸ਼ੋਅ ਕਰਦੇ ਸੀਗੇ ਵੀ ਸਾਡੀ ਮਾਲਕੀ ਹੈ। ਅਤੇ ਕੁਝ ਤੋਂ ਸਾਡੇ ਵਕੀਲ ਨੇ ਪੱਖ ਦਿੱਤਾ ਬਈ ਜਿਹੜਾ ਤੁਹਾਡਾ ਮਾਲਕੀ ਹੈ ਉਹਦਾ ਤੁਸੀਂ ਸਟੇਜ ਸਾਰੀ ਉਮਰ ਲੈ ਲਓ, ਪਰ 111 ਨੰਬਰ ਦਾ ਸਟੇਟਸ ਜਿਹੜਾ ਸਾਡੇ ਵਕੀਲ ਨੇ ਕਿਹਾ, ਉਹਨੇ ਕਿਹਾ ਬਈ ਇਹ ਤਾਂ ਰਸਤਾ ਹੈ, ਇਹ ਲੋਕਾਂ ਦੇ ਲੰਘਣ ਵਾਸਤੇ ਰਸਤਾ ਹੈ ਅਤੇ ਇਹਦਾ ਕੋਈ ਸਟੇਅ ਨਹੀਂ ਗਾ। ਉਹਨਾਂ ਦਾ ਅੱਜ ਵੀ ਇਹੀ ਤਰਕ ਸੀਗਾ ਵੀ ਜਿਹੜਾ ਸਾਨੂੰ ਕੋਰਟ ਨੇ ਸਟੇਅ ਦਿੱਤਾ ਹੋਇਆ ਤਾਂ ਜਿਹੜਾ ਪੰਚਾਇਤ ਅਤੇ ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰ ਰਿਹਾ। ਬਿਲਕੁਲ ਕੋਈ ਕੋਈ ਸ਼ੋਅ ਨਹੀਂ ਕਰ ਸਕਿਆ, ਬਿਲਕੁਲ ਕੋਈ ਉਹਨਾਂ ਦਾ ਕੇਸ ਨਹੀਂ ਗਾ, ਕੁਛ ਨਹੀਂ ਗਾ ਜੀ, ਗਮਰਾਹ ਕਰ ਰਹੇ ਸੀਗੇ ਵਾਰ ਵਾਰੀ। ਇਹ ਵੀ ਕਿਹਾ ਵੀ ਕਿ ਨਾ ਸਾਨੂੰ ਅਲਾਟਮੈਂਟ ਦੇ ਸਮੇਂ ਜਿਹੜੀ ਜ਼ਮੀਨ ਸਾਨੂੰ ਅਲਾਟਮੈਂਟ ਹੋਈ ਹੈ ਸਾਡੀ ਜ਼ਮੀਨ ਪੂਰੀ ਕਰ ਦਿਓ ਕਿ ਅਸੀਂ ਛੱਡ ਦਾਂਗੇ। ਬਿਲਕੁਲ ਜ਼ਮੀਨ ਸਾਰੇ ਨਿਸ਼ਾਨਦੇਹੀ ਹੋਈ ਹੈ, ਸਾਰੇ ਇੱਕ ਇੰਚੀ ਜ਼ਮੀਨ ਪੂਰੀ ਕੀਤੀ ਹੈ। ਬਿਲਕੁਲ ਪਹਿਲਾਂ ਸਹਿਮਤ ਵੀ ਸੀਗੇ ਆ ਮਿੱਟੀ ਜਿਹੜੀ ਆ ਪਹਿਲੇ ਗੁੱਠ 'ਤੇ ਪਈ ਉਹਨੂੰ ਆਪ ਪਵਾਈ ਹੈ, ਨਾ ਟਰੈਕਟਰ ਲਾ ਕੇ, ਬਸ ਉਹਨਾਂ ਦੇ ਮਨ 'ਚ ਪਤਾ ਨਹੀਂ ਕੀ ਕਿਸੇ ਨੂੰ ਉਂਗਲਾਂ ਲਾਤੀਆਂ ਕੀ ਲਾਤੀਆਂ, ਉਹਨਾਂ ਨੂੰ ਇਹ ਵੀ ਛੱਡਣੀ ਨਹੀਂ ਬਸ ਵੀ ਇਸ ਪ੍ਰੈਸ ਨੂੰ ਦਿੱਤੇ ਬਿਆਨ ਦੇ ਵਿੱਚ ਉਹਨਾਂ ਨੇ ਇਹੀ ਕਿਹਾ ਵੀ ਜੇਕਰ ਪੰਚਾਇਤ ਸਾਨੂੰ ਪਿੱਛੋਂ ਸਾਡੀ ਮਾਲਕੀ ਜ਼ਮੀਨ ਹੈ ਜਿਹੜੀ ਉਹ ਪੂਰੀ ਕਰਵਾਉਂਦੀ ਹੈ ਤਾਂ ਅਸੀਂ ਖੁਸ਼ ਹੋ ਕੇ ਛੱਡਾਂਗੇ। ਬਿਲਕੁਲ ਬਿਲਕੁਲ ਜ਼ਮੀਨ ਪੂਰੀ ਹੈ ਜੀ, ਬਿਲਕੁਲ ਪੂਰੀ ਹੈ, ਪਰ ਕਹਿੰਦੇ ਵੀ ਜ਼ਮੀਨ ਸਾਡੀ ਪੂਰੀ ਨਹੀਂ ਹੈਗੀ, ਪਿੱਛੋਂ ਨਿਕਲ ਰਹੀ ਹੈ ਉੱਪਰ ਜ਼ਮੀਨ। ਮੈਂ ਹਾਂ ਜੀ ਇੱਧਰ ਪੰਚਾਇਤ ਸਾਡੇ ਨਾਲ ਧੱਕਾ ਕਰ। ਬਿਲਕੁਲ ਜੀ ਕਲੀਅਰ, ਤੁਹਾਨੂੰ ਸਾਡੀ ਮੈਂ ਸਾਰੀ ਗੱਲ ਆ ਜਾਏਗੀ, ਜੇ ਕਲੀਅਰ ਆਪਦੀ ਨਿਸ਼ਾਨਦੇਹੀ ਚੈੱਕ ਕਰਾ ਲੈਣ ਅਸੀਂ ਜ਼ਿੰਮੇਵਾਰਾਂ ਦੀ ਗੱਲ ਦੇ। ਉਹਨਾਂ ਤੋਂ ਸਿਵਾਏ ਹੋਰ ਵੀ ਪਿੰਡ ਦੇ ਵਿੱਚ ਜਿਹੜੀਆਂ ਉਹ ਨਜਾਇਜ਼ ਕਬਜ਼ੇ ਗੱਲ ਪੜਾ ਕਿ ਇਹ ਜਿਹੜਾ ਮੇਨ ਪੁਆਇੰਟ ਸੀਗਾ ਇਹ ਜਾਣ ਕੇ ਗਮਰਾਹ ਕਰ ਰਹੇ ਸੀਗੇ, ਇਹ ਆਪ ਤਾਂ ਛੱਡ ਨਹੀਂ ਰਹੇ ਸੀਗੇ, ਇੱਕ ਇੰਚ ਵੀ ਨਹੀਂ ਛੱਡ ਰਹੇ ਸੀਗੇ, ਉਲਟਾ ਲੋਕਾਂ ਦੇ ਜਿਹੜੇ ਕੋਈ ਅੱਧਾ ਫੁੱਟ ਜਾਂ ਕਿਸੇ ਦਾ ਫੁੱਟ ਹੈ, ਹੁਣ ਮੇਰੇ ਵਾਸਤੇ ਤਾਂ ਪਿੰਡ ਸਾਰਾ ਭਾਅ ਜੀ ਇੱਕ ਸਾਰ ਹੈ, ਇੱਕ ਸਾਰ ਹੈ। ਮੈਂ ਪਹਿਲਾਂ ਬਲੋਕ ਰਸਤੇ ਨੂੰ ਦੇਖੂੰਗਾ ਜਿੱਥੇ ਰਸਤਾ ਬਲੋਕ ਹੈ, ਸਾਰੇ ਪਿੰਡ ਦੀ ਡਿਮਾਂਡ ਸੀਗੀ ਵੀ ਜਿਹੜਾ ਬਲੋਕ ਹੈ ਪਹਿਲਾਂ ਉਹਨੂੰ ਖੋਲਿਆ ਜਾਏ, ਜੇ ਕਿਤੇ ਹੋਰ ਦਿੱਕਤ ਆਏਗੀ ਤਾਂ ਕੋਈ ਗੱਲ ਨਹੀਂ। ਇਹਨਾਂ ਤੋਂ ਸਵਾਈ ਹੋਰ ਵੀ ਛਡਵਾਇਆ ਫਿਰ ਅੱਗੇ? ਹਾਂ ਬਾਕੀ ਕਾਫੀ ਕਬਜ਼ਾ ਜਿਹੜਾ ਪਹਿਲਾਂ ਲੋਕਾਂ ਨੇ ਆਪਦੀ ਸਹਿਮਤੀ ਨਾਲ ਛੱਡਤਾ। ਬਾਜੀਗਰ ਭਾਈਚਾਰਾ ਸੀ ਜਦੋਂ ਅਸੀਂ ਸ਼ੁਰੂਆਤ ਕੀਤੀ ਸੀ, ਉਹਨਾਂ ਨੇ ਵਿਚਾਰਿਆਂ ਨੂੰ ਸਾਨੂੰ ਕਹਿਣ ਦੀ ਵੀ ਲੋੜ ਨਹੀਂ ਪਈ, ਉਹਨਾਂ ਦੇ ਘੂਰੇ ਸੀਗੇ ਜੋ ਪਾਥੀਆਂ ਸੀਗੀਆਂ ਜਾਂ ਕੰਧ ਕਿਸੇ ਕੋਲਾ ਸੀਗਾ ਉਹ ਜਿਹੜੇ ਸ਼ਮਸ਼ਾਨ ਘਾਟ ਵਾਲੀ ਸਾਈਡ ਟੈਂਕੀ ਵਾਲੀ ਸਾਈਡ, ਉਹਨਾਂ ਸਭ ਤੋਂ ਪਹਿਲਾਂ ਪਹਿਲ ਪਿੰਡ 'ਚ ਉਹਨਾਂ ਕੀਤੀ ਹੈ। ਆਹ ਜਿਹੜੇ ਸਾਹਮਣੇ ਮਕਾਨ ਮਾਲਕ ਆ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਗਰੀਬ ਪਰਿਵਾਰ ਆ, 2 ਮਰਲੇ ਜ਼ਮੀਨ ਅਸੀਂ ਇੱਥੇ ਮੁੱਲ ਖਰੀਦੀ ਸੀ ਅਤੇ ਪੰਚਾਇਤ ਨੇ ਸਾਡੇ ਕੋਲੋਂ ਇਹ ਜਗ੍ਹਾ ਵਿੱਚ ਅੱਧਾ ਮਰਲਾ ਜਿਹੜੀ ਉਹ ਛਡਵਾ ਲਈ ਆ ਜੀ, ਅਤੇ ਉਹਦਾ ਸਾਨੂੰ ਕੋਈ ਮੁਆਵਜ਼ਾ ਨਹੀਂ ਜਾਂ ਕੁਝ ਵੀ ਹਜੇ ਤੱਕ ਦਿੱਤਾ ਨਹੀਂ ਪੰਚਾਇਤ ਵੱਲੋਂ? ਜਿੰਨਾ ਵੀ ਹੋ ਸਕਿਆ ਕੋਸ਼ਿਸ਼ ਮੇਰੀ ਹੋਏਗੀ ਵੀ ਉਹਨੂੰ ਇਸ ਸਕੀਮ ਦੇ ਵਿੱਚ 5 ਮਰਲੇ ਜਿਹੜਾ ਪਲਾਟ ਹੈ ਮੈਂ ਉਹਨੂੰ ਦੇ ਰਿਹਾ, ਕੋਸ਼ਿਸ਼ ਪੂਰੀ ਕਰਾਂਗੇ ਅਸੀਂ, ਦੇਵਾਂਗੇ ਉਹਨੂੰ। ਜੇਕਰ ਨਹੀਂ ਦਿੱਤਾ ਜਾਂਦਾ ਤਾਂ ਫਿਰ ਉਸ ਪਰਿਵਾਰ ਦਾ ਨਹੀਂ ਕੋਈ ਇਹੋ ਜਿਹੀ ਨਹੀਂ ਵਾਲੀ ਗੱਲ ਨਹੀਂ, ਮੈਂ ਤੁਹਾਨੂੰ ਤਾਂ ਹੀ ਕਿਹਾ ਨਾ ਜੇ ਮੇਰੇ ਨੂੰ ਭਰੋਸਾ ਤਾਂ ਦੇ ਰਹੇ ਹਾਂ। ਸਰ ਮੈਂ ਦਲੇਰ ਸਿੰਘ, ਸਨ ਆਫ ਸਰਦਾਰ ਜਸਵੰਤ ਸਿੰਘ, ਲੇਟੈਸਟ ਸਰਦਾਰ ਜਸਵੰਤ ਸਿੰਘ ਨੰਬਰਦਾਰ ਜੀ, ਮੈਂ ਇਸ ਪਿੰਡ ਦਾ ਵਸਨੀਕ ਹਾਂ, ਪਿੰਡ ਮਤੌਲੀ ਦਾ ਜੀ। ਅਤੇ ਇਹ ਜਿਹੜੀ ਕਬਜ਼ਾ ਕਾਰਵਾਈ ਹੋ ਰਹੀ ਹੈ ਜੀ ਇਹ ਬਿਲਕੁਲ ਧੱਕਾ
ਕਾਂਗਰਸ ਪਾਰਟੀ ਧੱਕਾ ਕਰ ਰਹੀ ਹੈ ਜੀ। ਇਹਦੇ ਵਿੱਚ ਨਿਰਮਲ ਐੱਮ ਐੱਲ ਏ ਹਲਕਾ ਸਤਰਾਣਾ, ਐੱਮ ਐੱਲ ਏ ਹਰਦਿਆਲ ਕੰਬੋਜ, ਇਹ ਇਹਦੇ ਵਿੱਚ ਪੂਰੇ ਇਨਵੋਲ ਨੇ ਜੀ। ਇਹ ਬਿਲਕੁਲ ਪੋਲੀਟੀਕਲ ਹੋ ਰਿਹਾ, ਜੋ ਪ੍ਰਸ਼ਾਸਨ ਅੱਜ ਲੈ ਕੇ ਆਇਆ ਵੀ ਅਸੀਂ ਇਹਦੇ 'ਤੇ ਇੱਥੇ ਆਉਂਦੀ ਹੈ। ਇਹਨਾਂ ਕੋਲ 25/6/19 ਦੀ ਇੱਕ ਨਿਸ਼ਾਨਦੇਹੀ ਹੈ ਜੋ ਕਿ ਅਨਲੀਗਲ ਏ, ਕਿਸੇ ਪੁਆਇੰਟ ਤੋਂ ਨਹੀਂ ਹੋਈ ਹੋਈ, ਕੋਈ ਉਹਨਾਂ ਦੇ ਕੋਲ ਉਹਦਾ ਪ੍ਰੋਪਰ ਰਿਕਾਰਡ ਨਹੀਂ ਗਾ ਵੀ ਅਸੀਂ ਕਿੱਥੋਂ ਕੀਤੀ ਹੈ। ਇੱਕ ਪੋਲੀਟੀਕਲ ਦਬਾਅ ਥੱਲੇ ਆ ਕੇ ਇਹ ਅੱਜ ਕਬਜ਼ਾ ਲੈਣ ਆਏ ਨੇ ਅਤੇ ਅਸੀਂ ਇਹਨਾਂ ਨੂੰ ਇਹ ਸਵਾਲ ਪੁੱਛੇ ਨੇ ਅਤੇ ਇਹ ਸਾਡੇ ਇਹਨਾਂ ਸਵਾਲਾਂ ਦਾ ਜਵਾਬ ਦੇਣਗੇ। ਅਤੇ ਇਹ ਜਿਹੜੀ ਸਾਡੀ ਜਗ੍ਹਾ ਹੈ, ਜਿਹੜੀ ਜਗ੍ਹਾ 'ਤੇ ਇਹ ਜ਼ਿਕਰ ਕਰਦੇ ਨੇ ਵੀ ਇਹ ਤਾਂ ਕੀ ਕੁਛ ਤੁਹਾਡਾ ਇੱਥੇ ਬਣਾਇਆ ਹੋਇਆ, ਕਦੋਂ ਦਾ ਬਣਿਆ? ਇਹਦੇ ਵਿੱਚ ਸਰ ਮੇਰਾ ਟਿਊਬਵੈੱਲ ਲੱਗਾ ਹੈ ਜੀ। ਟਿਊਬਵੈੱਲ ਜਦੋਂ ਬਿਜਲੀ ਬੋਰਡ ਨੇ ਪਹਿਲੀ ਵਾਰ ਕਨੈਕਸ਼ਨ ਦਿੱਤੇ ਸੀ ਉਦੋਂ ਤੋਂ ਇੱਥੇ ਮੇਰਾ ਟਿਊਬਵੈੱਲ ਜੀ। ਪਹਿਲਾਂ ਖੂਹ ਵਾਲੇ ਟਿਊਬਵੈੱਲ ਸਨ ਦੋ, ਉਹ ਬੰਦ ਹੋ ਗਏ। ਹੁਣ ਮੇਰਾ ਸਮਰਸੀਬਲ ਮੋਟਰ ਲੱਗੀ ਹੋਈ ਜੀ, ਮੇਰੇ ਕੋਲ ਰਿਕਾਰਡ ਹੈ ਜੀ। ਠੀਕ ਹੈ, ਇਹ ਤਾਂ ਸਰ ਮਤਲਬ ਕਿ ਬਹੁਤ ਪੁਰਾਣਾ ਜੀ, 60-65 ਦੇ ਜਦੋਂ ਬਿਜਲੀ ਮਹਿਕਮੇ ਨੇ ਟਿਊਬਵੈੱਲਾਂ ਦੇ ਕਨੈਕਸ਼ਨ ਦਿੱਤੇ ਸੀ ਉਦੋਂ ਦਾ ਸਾਡੇ ਕੋਲ ਇੱਥੇ ਕਨੈਕਸ਼ਨ ਹੈ, ਉਦੋਂ ਦਾ ਸਾਡੇ ਕੋਲ ਇੱਥੇ ਕਬਜ਼ਾ। ਉਹਨਾਂ ਦਾ ਬੋਰ ਹੈ ਸਾਡੀ, ਇੱਥੇ ਚਾਰਦਵਾਰੀ ਹੋਈ ਹੈ, ਫਸਲ ਬੀਜੀ ਹੋਈ ਹੈ। ਉੱਧਰ ਸਾਡੇ ਕੋਲ ਤੂੜੀ ਵਾਲਾ ਪੱਲਾ ਹੈ ਜੀ, ਉਹ ਵੀ ਸਾਡੇ ਕੋਲ 25 ਸਾਲ ਤੋਂ ਘੱਟੋ ਘੱਟ। ਅਸੀਂ ਉੱਥੇ ਪਹਿਲਾਂ ਸਾਡੀ ਜ਼ਮੀਨ ਵਗਦੀ ਸੀ, ਅਸੀਂ ਉਹਨੂੰ ਵਰਤਣ ਲਈ ਉਸਦੀ ਬਾਉਂਡਰੀ ਮਾਰੀ ਹੋਈ ਹੈ, ਉਹਦੇ ਵਿੱਚ ਸਾਡੀ ਤੂੜੀ ਪਈ ਹੋਈ ਹੈ ਜੀ। ਹੁਣ ਜਿਹੜਾ ਤੁਹਾਡੇ ਕੋਲ ਕੋਰਟ 'ਚ ਅਦਾਲਤ 'ਚ ਕੀ ਹੈ? ਕੋਰਟ ਅਦਾਲਤ ਦੇ ਵਿੱਚ ਜਿਹੜਾ ਜੀ ਅਸੀਂ, ਮੈਂ ਤੁਹਾਨੂੰ ਇਹ ਦਿਖਾ ਦਿੰਦਾ ਜੀ, ਅਤੇ ਇਹਦੇ ਵਿੱਚ ਮਾਣਯੋਗ ਅਦਾਲਤ ਜਿਹੜੀ DDPO ਪਟਿਆਲਾ ਨੇ, ਉਹ ਸਾਡੇ ਜਿਹੜੀ ਹਾਂਜੀ ਆਹ ਮਾਣਯੋਗ ਹਾਈ ਕੋਰਟ ਦਾ ਜੀ, ਸਾਡੇ ਕੋਲ ਸਟੇਅ ਆ ਵੀ ਇਹ ਸਾਡੇ ਤੋਂ ਕੋਈ ਕਿਸੇ ਪ੍ਰਕਾਰ ਦਾ ਕਬਜ਼ਾ ਨਹੀਂ ਲੈ ਸਕਦੇ, ਧੱਕਾ ਨਹੀਂ ਕਰ ਸਕਦੇ। ਇਹੀ ਔਡਰ ਨੂੰ ਮਾਣਯੋਗ ਅਦਾਲਤ DDPO ਪਟਿਆਲਾ ਨੇ, ਸੁਰਿੰਦਰ ਸਿੰਘ ਢਿੱਲੋਂ ਨੇ, ਅਤੇ ਇਹ ਇਸ ਨੂੰ ਸਾਡੇ ਹੱਕ ਵਿੱਚ ਪੇਸ਼ ਕੀਤਾ ਹੋਇਆ। ਇਨਸਾਨ ਦੇ ਲਾਏ ਸੀ ਪੱਟ ਦੇ, ਇਨਸਾਨ ਬਿਲਕੁਲ ਝੂਠ ਮਾਰਦੇ ਨੇ ਜੀ, ਕਿਸੇ ਕਿਹਦੇ ਨਿਸ਼ਾਨ ਦੇ ਹੀ। ਜੇ ਮੈਂ ਪੱਟ ਦਿੱਤੀ ਹੈ ਪਿੰਡ ਦੇ ਵਿੱਚ ਜਦੋਂ ਇਹ ਖਸਰਾ ਨੰਬਰ 111 ਦੀ, 111 ਨੰਬਰ ਦੀ ਜਦੋਂ ਨਿਸ਼ਾਨਦੇਹੀ ਹੋਈ ਹੈ, ਪੂਰੇ ਪਿੰਡ ਦੇ ਵਿੱਚੋਂ ਨਿਸ਼ਾਨੀਆਂ ਹੋਰ ਦੇਖ ਲਓ, ਜੇ ਕਿਤੇ ਲੱਗੀਆਂ ਹੋਣ ਉਹ ਸਾਨੂੰ ਦੱਸਣ ਵੀ ਅਸੀਂ ਲਾਈਆਂ ਸੀ। ਅਤੇ ਫਿਰ ਦੂਸਰੀ ਗੱਲ ਇਹ ਵੀ ਇਹ ਕੇਸ ਮਹਿਕਮੇ ਨੇ ਕੀਤੀ ਸੀ, ਇਹ ਜਿਹੜੀ ਇੱਕ ਰਿਪੋਰਟ ਦਿੰਦੇ ਨੇ ਉਹ ਹਲਕਾ ਪਟਵਾਰੀ ਦੀ ਦਿੰਦੇ ਨੇ, BDO ਦਫ਼ਤਰ ਵਾਲੇ ਦੀ, ਜਦੋਂ ਕਿ ਇਹ ਕੰਮ ਸਾਰਾ ਮਾਲ ਮਹਿਕਮੇ ਦਾ। ਦਫ਼ਤਰ ਵਾਲੇ ਕਹਿੰਦੇ ਅਸੀਂ ਨੋਟਸ ਵੀ ਕੱਢੇ ਇਹਨਾਂ ਨੂੰ, ਕਈ ਵਾਰੀ ਕਹਿੰਦੇ ਦਫ਼ਤਰ ਦੇ ਨੋਟਸ ਤੁਹਾਨੂੰ ਲੈ। ਜਿਹੜੇ ਅਸੀਂ DDPO ਸਾਹਿਬ ਨੂੰ ਦਰਖਾਸਤਾਂ ਦਿੱਤੀਆਂ ਨੇ, DDPO ਸਾਹਿਬ ਚਾਹੇ BDO ਸਾਹਿਬ ਸਾਨੂੰ ਉਸ ਦਾ ਜਵਾਬ ਦੇਣ ਵੀ ਅਸੀਂ ਲੀਗਲ ਨੋਟਿਸ ਵੀ ਕਢਾਇਆ ਹੋਇਆ ਹਾਈਕੋਰਟ 'ਚੋਂ ਵੀ ਇਹਨਾਂ ਨੇ ਸਾਨੂੰ ਉਸ 'ਤੇ ਕੋਈ ਰਿਪੋਰਟ ਬਣਾ ਕੇ ਦਿੱਤੀ ਹੈ। ਮੌਕਾ ਵੇਖ ਕੇ ਗਏ BDO ਸਾਹਿਬ ਪਾਤੜਾਂ ਸਾਡਾ, ਅਸੀਂ ਦਿਖਾਇਆ, ਡੇਟ ਵੀ ਤੁਹਾਨੂੰ ਪੇਸ਼ ਕਰ ਦਿੰਦੇ ਹਾਂ। ਛੜਾਇਆ ਜਾ ਰਿਹਾ ਕੀ, ਸੜਕ ਬਣ ਰਹੀ ਹੈ, ਕੀ ਕੀਤਾ ਜਾ ਰਿਹਾ ਇੱਥੇ? ਇਹ ਛੜਕ ਦਾ ਇੱਕ ਮੁੱਦਾ ਹੈ ਜੀ, ਬਿਲਕੁਲ ਰਾਹ ਚੱਲਦੇ ਨੇ, ਇਹ ਛੜਕ ਦਾ ਕੋਈ ਮੁੱਦਾ ਨਹੀਂ ਹੈਗਾ। ਇੱਥੇ ਜਿਹੜੇ ਪੁਲ ਦਾ ਬਹਾਨਾ ਲਾਉਂਦੇ ਨੇ, ਇਹ ਪੁਲ ਕੋਈ ਅੱਜ ਨਹੀਂ ਬਣਨ ਲੱਗਾ, ਇਹ ਪੁਲ 2014 ਦਾ ਬਣਦਾ ਪਿਆ ਜੀ, ਉਦੋਂ ਜਦ ਕਿ ਅਕਾਲੀ ਦਲ ਦੀ ਸਰਕਾਰ ਸੀ। ਇਹਨਾਂ ਨੇ ਬਿਲਕੁਲ ਉਦੋਂ ਕੋਈ ਮੁੱਦਾ ਨਹੀਂ ਕੀਤਾ। ਤੁਸੀਂ ਆਪ ਸਿਆਣੇ ਜੇ ਪੱਤਰਕਾਰ ਮੇਰੇ ਭਰਾ, ਵੀ ਜਦੋਂ ਕੋਈ ਨਵਾਂ ਪ੍ਰੋਜੈਕਟ ਸ਼ੁਰੂ ਹੁੰਦਾ, ਪਹਿਲਾਂ ਉਸ ਤੋਂ ਉਹਦਾ ਪੂਰਾ ਲੀਗਲ ਉਸਦਾ ਪਿੱਛੇ ਬੈਕਗਰਾਊਂਡ ਵੇਖੀ ਜਾਂਦੀ ਵੀ ਇਹਨੂੰ ਰਸਤੇ ਕਿੱਥੋਂ ਲੱਗਣੇ ਨੇ, ਇਹਨੇ ਕਿੱਥੋਂ ਤੱਕ ਜਾਣਾ, ਇਹਨੇ ਕਿੰਨਾ ਉੱਚਾ ਨੀਵਾਂ ਬਣਨਾ। ਜਿਹੜਾ ਕੰਮ 14 ਵਾਲਾ ਸੀ ਉਹ ਅੱਜ ਕਾਂਗਰਸ ਦੀ ਸਰਕਾਰ ਵਿੱਚ ਪੋਲੀਟੀਕਲ ਦਬਾਅ ਥੱਲੇ ਕਰ ਰਹੇ ਨੇ। ਕੋਈ ਇੱਥੇ ਇਹੋ ਜੀ ਕੋਈ ਰਸਤੇ ਵਾਲੀ ਗੱਲ ਨਹੀਂ, ਇਹ ਰਖਾ ਕੇ ਨੀਂਹ ਪੱਥਰ ਵੀ ਇੱਥੇ ਸੜਕ ਬਣਨੀ ਹੈ। ਤੁਸੀਂ ਆਪ ਸਿਆਣੇ ਜੇ, ਜਿੱਥੇ ਸਾਡਾ ਟਿਊਬਵੈੱਲ ਲੱਗਾ ਚਾਰ ਦਵਾਈਏ, ਇੱਥੇ ਸੜਕ ਕਿਹੜਾ ਪ੍ਰਸ਼ਾਸਨ ਵੀ ਕਿਹੜਾ ਮਹਿਕਮਾ ਇਸ ਨੂੰ ਪਾਸ ਕਰਕੇ ਗਿਆ? ਐਵੇਂ ਕੋਈ ਮਹਿਕਮਾ ਪਾਸ ਹੀ ਨਹੀਂ ਕਰ ਸਕਦਾ ਜੀ। ਅਸੀਂ ਬਿਲਕੁਲ ਨਹੀਂ ਛੱਡਾਂਗੇ ਜੀ, ਇੱਥੇ ਸਾਡੀ ਥਾਂ ਹੈ, ਸਾਡੀ ਮਾਲਕੀ ਹੈ ਜੀ, ਸਾਡਾ ਕਬਜ਼ਾ ਹੈ। ਅਤੇ ਅੱਜ ਤੋਂ ਲੈਂਦਾ ਕਬਜ਼ਾ ਤਾਂ ਜੇ ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰੇਗਾ, ਤੇ ਸਾਡੇ ਕੋਲ ਮਾਣਯੋਗ ਹਾਈਕੋਰਟ, ਪੰਜਾਬ ਹਰਿਆਣਾ ਹਾਈਕੋਰਟ ਦਾ ਸਾਡੇ ਕੋਲ ਆਰਡਰ ਹੈ। ਅਸੀਂ ਇਹਦੇ ਅਗੇਂਸਟ ਪ੍ਰਸ਼ਾਸਨ ਦੇ, ਸਿਵਲ ਪ੍ਰਸ਼ਾਸਨ ਦੇ, ਪੁਲਿਸ ਪ੍ਰਸ਼ਾਸਨ ਦੇ, ਪਿੰਡ ਦੀ ਗ੍ਰਾਮ ਪੰਚਾਇਤ ਜਾਂ ਜਿਹੜੇ ਵਿੱਚ ਬੰਦੇ ਹੋਰ ਇਨਵੋਲਵ ਹੋਣਗੇ ਉਹਨਾਂ 'ਤੇ ਅਸੀਂ ਕੰਟੈਕਟ ਪਾਵਾਂਗੇ ਜੀ। ਤਹਿਸੀਲਦਾਰ ਸਾਹਿਬ, ਜਿਹੜੀ ਅੱਜ ਪਿੰਡ ਬਤੌਲੀ ਦੇ ਵਿੱਚ ਇੱਥੇ ਨਾਜਾਇਜ਼ ਕਬਜ਼ੇ ਨੂੰ ਲੈ ਕੇ ਕਾਰਵਾਈ ਕੀਤੀ ਜਾ, ਹਾਂਜੀ ਉਹਦੇ ਸੰਬੰਧ ਵਿੱਚ ਸਮਝਾ। ਕਾਨੂੰਨ ਅਨੁਸਾਰ ਜਿਹੜਾ ਕਬਜ਼ਾ ਕਾਰਵਾਈ ਕਰਵਾਤੀ ਹੈ ਜੀ ਪੰਚਾਇਤ ਨੂੰ, DDPO ਸਾਹਿਬ ਦੇ ਬਰੰਟ ਸੀਗੇ, ਨਜਾਇਜ਼ ਕਬਜ਼ਾ ਉਹਨਾਂ ਨੇ ਕੀਤਾ ਹੋਇਆ ਸੀਗਾ, ਉਹ ਕਾਨੂੰਨ ਅਨੁਸਾਰ ਜਿਹੜਾ ਪੁਲਿਸ ਫੋਰਸ ਨਾਲ ਲੈ ਕੇ ਸੀ ਕਰਵਾਤਾ। ਜਦੋਂ ਕਿ ਇੱਥੇ ਇਹ ਚਾਰਦਵਾਰੀ ਵਾਲਾ ਜਿਹੜਾ ਦਲੇਰ ਸਿੰਘ, ਉਹਦਾ ਕਹਿਣਾ ਹੈ ਕਿ ਇਹ ਜਿਹੜੀ ਕਾਰਵਾਈ ਆ ਬਿਲਕੁਲ ਨਜਾਇਜ਼ ਢੰਗ ਨਾਲ, ਨਹੀਂ ਨਜਾਇਜ਼ ਨਹੀਂ ਹੈ। 111 ਨੰਬਰ ਜਿਹੜਾ ਪੰਚਾਇਤ ਦਾ ਨੰਬਰ ਸੀ, ਇਹਦਾ ਪਿੰਡ ਦਾ ਫਿਰ ਨਹੀਂ ਦਾ 111 ਨੰਬਰ ਖਤਰਾ ਨੰਬਰ ਹੈ, ਉਸੇ ਨੰਬਰਾਂ ਦੇ ਅੰਦਰ ਹੀ ਕਬਜ਼ਾ ਲਿਆ, ਨਾ ਕਿ ਉਹਦੀ ਕਿਸੇ ਮਾਲਕੀ ਦਾ।
ਇਹਨਾਂ ਨੂੰ ਪਹਿਲਾਂ ਕੋਈ ਕਾਨੂੰਨੀ ਨੋਟਿਸ ਕੱਢੇ ਜਾ ਚੁੱਕੇ? ਹਾਂ, ਨੋਟਿਸ ਜਾਰੀ ਹੋਏ ਨੇ ਸਾਰੇ ਦਫ਼ਤਰ ਵੱਲੋਂ, ਇਹਨਾਂ ਦੇ ਦਫ਼ਤਰ ਵੱਲੋਂ। ਕਿੰਨੇ ਪਰਿਵਾਰਾਂ ਨੂੰ ਨੋਟਿਸ ਜਾਰੀ ਹੋਏ ਸੀ ਇਹਦੇ? ਇਹ ਤਾਂ ਹੁਣ PDPO ਦਫ਼ਤਰ ਦੱਸੂਗਾ, ਉਹਨਾਂ ਨੇ ਜਾਰੀ ਕਰਨੇ ਹੁੰਦੇ ਨੋਟਿਸ ਅਸੀਂ। ਹਾਂ, ਜਿਹੜੇ ਆਪਣੇ ਜਿਹਨ ਕਬਜ਼ਾ ਧਾਰਕ ਨੇ, ਹਾਂਜੀ, ਉਹਨਾਂ ਕਿਹਾ ਕਿ ਇਹਨਾਂ ਵੱਲੋਂ ਹਾਈ ਕੋਰਟ 'ਤੇ 35 ਪਰਿਵਾਰਾਂ ਦੇ ਕਿੰਨਾ ਨਾਮ ਦੇ ਪਰਚੇ ਕਰਵਾਏ ਗਏ ਸੀਗੇ, ਪਰਚੇ ਵੀ ਦਰਜ ਕਰਵਾਏ ਗਏ ਸੀਗੇ, ਪਰ ਜਦ ਕਿ ਪੂਰੇ ਪਿੰਡ 'ਚੋਂ ਨਹੀਂ, ਸਿਰਫ ਸਾਨੂੰ ਪਾਰਟੀ ਦੀ ਧੜੇਬਾਜ਼ੀ ਕਾਰਨ ਸਿਰਫ ਸਾਡੇ ਤੋਂ ਹੀ ਇੱਕ ਦੋ ਪਰਿਵਾਰਾਂ 'ਤੇ? ਨਹੀਂ ਨਹੀਂ, ਇਹ ਤਾਂ ਇਹਦਾ ਬਿਹਤਰ ਤੁਹਾਨੂੰ PDPO ਦੱਸੂਗਾ, ਕਿਉਂਕਿ ਉਹਨਾਂ ਦੇ ਦਫ਼ਤਰ ਨਾਲ ਸੰਬੰਧਿਤ ਕੇਸ ਹੈ, ਪੰਚਾਇਤ ਦਾ ਕੇਸ ਹੈ, ਪੰਚਾਇਤਾਂ ਨੂੰ ਉਹੀ ਡੀਲ ਕਰਦੇ ਨੇ। ਠੀਕ ਹੈ, ਸਾਡਾ ਜਿੰਨਾ ਡਿਊਟੀ ਸੀ ਅਸੀਂ ਕਬਜ਼ਾ ਕਾਰਵਾਈ ਕਰਵਾਉਣੀ ਸੀ, ਉਹ ਕਾਨੂੰਨ ਅਨੁਸਾਰ ਕਰਵਾ ਦਿੱਤੀ ਹੈ ਪੰਚਾਇਤ ਨੂੰ। ਦਲੇਰ ਸਿੰਘ ਹੁਣਾਂ 'ਤੇ ਕੋਈ ਕਿਸ ਤਰ੍ਹਾਂ ਦੀ ਇੱਥੇ ਕੋਈ ਕਾਰਵਾਈ ਕੀਤੀ ਗਈ ਹੈ? ਉਹ ਵਿਘਨ ਪਾ ਰਹੇ ਸੀ ਜੀ, ਉਹਨਾਂ ਨੂੰ ਪੁਲਿਸ ਫੋਰਸ ਆ ਜਿਹੜੀ, ਉਹ ਵਿਘਨ ਪਾਉਂਦੇ ਉਸ 'ਚ ਲੈ ਗਈ ਨਾਲ। ਨਹੀਂ, ਹਜੇ ਤਾਂ ਕਰ ਰਹੇ ਨੇ ਜੀ, ਉਹ ਕੀ ਕਾਰਵਾਈ ਕਰ ਰਹੇ ਨੇ ਦੇਖਦੇ ਹਾਂ। ਠੀਕ ਹੈ, ਹਾਂਜੀ ਠੀਕ। ਕੀ ਕਾਰਵਾਈ ਕੀਤੀ ਗਈ ਆ ਉਹਦੇ ਸੰਬੰਧ 'ਚ ਸਾਨੂੰ ਜਾਣਕਾਰੀ, ਕੀ ਕੁਝ ਕੀਤਾ ਪ੍ਰਸ਼ਾਸਨ ਵੱਲੋਂ? ਇਹ ਪਿੰਡ ਪੰਚਾਇਤ ਦੀ ਜਗ੍ਹਾ ਦੇ ਉੱਤੇ ਜਿਹੜੀ ਫਿਰਨੀ ਦੀ ਜਗ੍ਹਾ, ਉਹਦੇ 'ਤੇ ਕੁਝ ਲੋਕਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ। DC ਸਾਹਿਬ ਵੱਲੋਂ ਕਬਜ਼ਾ ਵਾਰੰਟ ਜਾਰੀ ਹੋਈ ਸੀ, ਉਹਦੇ ਸੰਬੰਧ ਵਿੱਚ BDPO ਸਾਹਿਬ ਅਤੇ ਸੰਬੰਧਿਤ ਮਹਿਕਮੇ ਵਾਲੇ ਕਰਮਚਾਰੀ ਅਤੇ ਡਿਊਟੀ ਮਜਿਸਟਰ ਆਏ ਨੇ, ਉਹਨਾਂ ਨਾਲ ਅਸੀਂ ਬਤੌਰ ਮਦਦ ਆਏ ਹਾਂ ਇੱਥੇ, ਕਬਜ਼ਾ ਕਾਰਵਾਈ ਚੱਲ ਰਹੀ ਹੈ। ਦਲੇਰ ਸਿੰਘ ਹੁਣਾਂ ਦਾ ਤਰਕ ਸੀਗਾ ਵੀ ਜਿਹੜੀ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਆ ਉਹ ਸਾਡੇ ਨਾਲ ਧੱਕਾ ਕਰ ਰਹੇ ਆ, ਜਦੋਂ ਕਿ ਸਾਡੀ ਇੱਥੇ ਜ਼ਮੀਨ ਖੁਦ ਆਪਣੀ ਹੈ ਤਾਂ ਉਹ ਪੂਰੀ ਨਹੀਂ ਕਰ ਰਿਹਾ ਪ੍ਰਸ਼ਾਸਨ, ਮਿੰਨਤੀ ਕਰਕੇ। ਇਹ ਮਹਿਕਮੇ ਮਾਲ ਦਾ ਕੰਮ ਆ ਜੀ, ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ, ਅਸੀਂ ਤੱਕ ਉਹਨਾਂ ਨਾਲ ਕਬਜ਼ਾ ਬਰੰਡ 'ਤੇ ਬਤੌਰ ਮਦਦ ਆਈ। ਹਿਰਾਸਤ ਦੇ ਵਿੱਚ ਲਿਆ ਗਿਆ ਕੀ ਉਹਨਾਂ? ਉਹ ਡਿਊਟੀ 'ਚ ਵਿਘਨ, ਇਹਨਾਂ ਦੀ ਡਿਊਟੀ 'ਚ ਵਿਘਨ ਪਾ ਰਹੇ ਸੀ, ਇਸ ਕਰਕੇ ਉਹਨਾਂ ਨੂੰ ਹਿਰਾਸਤ 'ਚ ਲਿਆ ਹੈ। ਕੋਈ ਉਹਨਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ? ਉਹ ਜੋ ਡਿਊਟੀ ਮਜਿਸਟਰ ਸਾਹਿਬ ਲਿਖ ਕੇ ਦੇਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ।